ਪਟਿਆਲਾ 'ਚ ਧਰਨਾ ਦੇ ਰਹੀਆਂ ਨਰਸਾਂ ਨੂੰ ਸਿਹਤ ਮੰਤਰੀ ਵੱਲੋਂ 7 ਮਾਰਚ ਤੱਕ ਪੱਕੀ ਭਰਤੀ ਕਰਨ ਦੇ ਮਿਲੇ ਭਰੋਸੇ ਤੋਂ ਬਾਅਦ ਨਰਸਾਂ ਦੇ ਧੜੇ ਬੰਦੇ ਨਜ਼ਰ ਆ ਰਹੇ ਨੇ, ਜਿੱਥੇ 140 ਨਰਸਾਂ ਨੇ ਡਿਊਟੀ ਜੁਆਇਨ ਕਰ ਲਈ ਹੈ, ਜਦਕਿ 104 ਕਰਮਚਾਰੀ ਅਤੇ ਐਨਸੀਆਰ ਦੇ ਸਾਰੇ ਸਟਾਫ ਨੇ ਜੁਆਇਨ ਕਰ ਲਿਆ। ਕੱਲ੍ਹ ਸ਼ਾਮ ਧਰਨਾ ਖਤਮ ਕਰਨ ਤੋਂ ਬਾਅਦ ਇਹੀ ਕਿਹਾ ਜਾ ਰਿਹਾ ਸੀ ਕਿ ਐਤਵਾਰ ਨੂੰ ਸਾਰੇ ਨਰਸਾਂ ਦੇ ਦੂਜੇ ਮੁਲਾਜ਼ਮ ਆਪਣੀ ਡਿਊਟੀ ਜੁਆਇਨ ਕਰ ਲੈਣਗੇ, ਪਰ ਐਤਵਾਰ ਸਵੇਰ ਨਰਸਾਂ ਨੇ ਪਹਿਲਾਂ ਸਾਫ਼ ਕੀਤਾ ਕਿ ਉਹਨਾਂ ਵਿੱਚੋਂ ਕੋਈ ਵੀ ਨਰਸ ਜਾਂ ਮੁਲਾਜ਼ਮ ਉਦੋਂ ਤੱਕ ਡਿਊਟੀ ਜੁਆਇਨ ਨਹੀਂ ਕਰੇਗਾ ਜਦੋਂ ਤੱਕ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ। ਮਾਨਯੋਗ ਮੰਤਰੀ ਸ੍ਰੀ ਬ੍ਰਹਮਿੰਦਰਾ ਜੀ ਦੀ ਅਗਵਾਈ ਵਿੱਚ ਜੋ ਮੀਟਿੰਗ ਹੋਈ ਸੀ, ਉਹਨਾਂ ਨੇ ਇਹ ਆਸ਼ਵਾਸਨ ਦਿੱਤਾ ਸੀ ਕਿ ਇਹਨਾਂ ਦੀਆਂ ਸੇਵਾਵਾਂ 48 ਸਟਾਫ ਨਰਸਾਂ ਦੀਆਂ ਸੇਵਾਵਾਂ 7 ਮਾਰਚ ਤੱਕ ਰੈਗੂਲਰ ਕਰ ਦਿੱਤੀਆਂ ਜਾਣਗੀਆਂ, ਜਿਸ ਦੇ ਸੰਬੰਧ ਵਿੱਚ ਅੱਜ ਮਿਤੀ 3 ਮਾਰਚ ਤੱਕ 3:15 ਵਜੇ ਤੱਕ ਲਗਭਗ 140 ਸਟਾਫ ਨਰਸਾਂ ਨੇ ਜੁਆਇਨ ਕਰ ਲਿਆ ਹੈ। ਸਾਰੇ ਕਲਾਸਪੁਰਾਂ ਹੜਤਾਲ, ਜਿਨ੍ਹਾਂ ਨੇ ਹੜਤਾਲ ਕੀਤੀ ਹੋਈ ਸੀ ਉਹਨਾਂ ਨੇ ਵੀ ਜੁਆਇਨ ਕਰ ਲਿਆ ਹੈ। ਸਾਰੇ ਐਨਸੀਲਰੀ ਦੇ ਸਟਾਫ ਜਿਨ੍ਹਾਂ ਨੇ ਵੀ ਹੜਤਾਲ ਕੀਤੀ ਸੀ ਉਹਨਾਂ ਨੇ ਵੀ ਜੁਆਇਨ ਕਰ ਲਿਆ ਹੈ। ਟੋਟਲ ਕਿੰਨੇ ਹੋ ਗਏ ਹੁਣ ਤੱਕ, ਚਾਹੇ ਹੋਏ ਹੋਰ ਪੈਂਡਿੰਗ ਵੀ ਹੈ? ਹੁਣ ਤੱਕ ਸਾਰੇ ਕਲਾਸ 4, ਸਾਰੇ ਐਨਸੀਲਰੀ ਸਟਾਫ ਅਤੇ 140 ਦੇ ਕਰੀਬ ਸਟਾਫ ਨਰਸਾਂ ਨੇ ਜੁਆਇਨ ਕਰ ਲਿਆ। ਇਹਨਾਂ ਸਾਰਿਆਂ ਨੇ ਆਪਣੇ ਆਪਣੇ ਵਿਭਾਗ ਵਿੱਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ ਔਰ ਡਿਊਟੀ ਸਾਂਭ ਲਈ। ਪਰ ਉੱਥੇ ਪ੍ਰਸ਼ਾਸਨ ਵੱਲੋਂ ਦਬਾਅ ਬਣਾਉਣ ਅਤੇ 140 ਨਰਸਾਂ, 104 ਮੁਲਾਜ਼ਮਾਂ ਅਤੇ ਸਾਰੇ ਐਨਸੀਲਰੀ ਸਟਾਫ ਨੇ ਡਿਊਟੀ ਜੁਆਇਨ ਕਰ ਲਈ ਹੈ। ਅਸ਼ਰਮ ਦੱਸ ਦਿਓ ਕੀ ਸ਼ਰਤਾਂ ਹੋਈਆਂ ਨੇ, ਕੀ ਹੁਣ ਤੁਸੀਂ ਜੁਆਇਨ ਕਰ ਰਹੇ ਹੋ ਡਿਊਟੀ ਕੀ? ਹਾਂਜੀ ਭਾਅ ਜੀ, ਅੱਜ ਅਸੀਂ ਡਿਊਟੀ ਜਿਹੜੀ ਜੁਆਇਨ ਕਰ ਲਈ ਆ, ਸਿੰਗਲ ਸ਼ਿਫਟ ਦੀ ਡਿਊਟੀ ਜੁਆਇਨ ਕੀਤੀ ਆ। ਬਾਕੀ 2 ਜਿਹੜੀਆਂ ਸ਼ਿਫਟਾਂ ਹੁਣ ਅਸੀਂ ਵਾਈਕਾਟ ਕੀਤਾ। 7 ਤਰੀਕ ਤੱਕ ਜੇ ਸਾਡਾ ਕੋਈ ਫੈਸਲਾ ਨਹੀਂ ਆਉਂਦਾ ਤਾਂ ਅਸੀਂ ਸੰਘਰਸ਼ ਜਿਹੜਾ ਦੁਬਾਰੇ ਹੋਰ ਤਿੱਖਾ ਕਰਾਂਗੇ। 2 ਸ਼ਿਫਟਾਂ ਹੋਣੀਆਂ, ਉਹਦੇ 'ਚ ਕੌਣ ਵਰਕ ਕਰੇਗਾ? ਉਹ ਟੋਟਲੀ ਫ੍ਰੀ ਰਹਿਣਗੀਆਂ ਜਾਂ ਸਟੂਡੈਂਟ ਵਰਕ ਕਰਨਗੇ, ਕਿਵੇਂ? ਨਹੀਂ ਨਹੀਂ ਸਾਡੇ ਸਾਰਾ ਸਟਾਫ ਆ ਜਿਹੜਾ ਸਿੰਗਲ ਸ਼ਿਫਟ ਦੇ ਜਾਊਗਾ, ਆਪਦਾ ਕੰਮ ਕਰਕੇ ਆ ਜਾਊਗਾ। ਟੋਟਲ ਹੁਣ ਪੱਕੀ ਸਾਰਿਆਂ ਜੁਆਇਨ ਕਰ ਲਿਆ? ਹਾਂਜੀ ਹਾਂਜੀ। ਪਰ ਹਸਪਤਾਲ ਦੇ ICU 'ਚ ਭਰਤੀ ਪ੍ਰਧਾਨ ਕਰਮਜੀਤ ਕੌਰ ਅਲਗ ਦੇ ਆਖਣ 'ਤੇ ਬਾਕੀ ਨਰਸਾਂ ਵੱਲੋਂ ਡਿਊਟੀ ਜੁਆਇਨ ਕਰਨ ਤੋਂ ਮਨਾ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਕੋਈ 2 ਧੜੇ ਨਹੀਂ ਬਣੇ, ਬਲਕਿ ਜਿਨ੍ਹਾਂ ਨਰਸਾਂ ਨੇ ਜੁਆਇਨ ਕੀਤਾ ਉਹਨਾਂ ਨੂੰ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਡਰਾਇਆ ਗਿਆ ਹੈ। ਉਹਨਾਂ ਸਾਫ਼ ਕਿਹਾ ਕਿ ਜਦੋਂ ਤੱਕ ਪੱਕੀ ਆਰਡਰ ਉਹਨਾਂ ਦੇ ਹੱਥ 'ਚ ਨਹੀਂ ਆਉਂਦੇ ਉਦੋਂ ਤੱਕ ਡਿਊਟੀ ਜੁਆਇਨ ਨਹੀਂ ਕਰਨਗੀਆਂ। ਅਸੀਂ ਜੁਆਇਨ ਨਹੀਂ ਕਰ ਰਹੇ ਹੈਗੇ, ਅਸੀਂ 80-85% ਬੰਦੇ ਨਹੀਂ ਜੁਆਇਨ ਕਰ ਰਹੇ ਹੈਗੇ। ਅਸੀਂ ਜਦ ਤੱਕ ਜੁਆਇਨ ਨਹੀਂ ਕਰਾਂਗੇ ਜਦ ਤੱਕ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ। 7 ਤਰੀਕ ਨੂੰ ਬ੍ਰਹਮਿੰਦਰਾ ਜੀ ਨੇ ਕਿਹਾ ਆ, ਉਹਨਾਂ ਨੇ ਕਿਹੜੀ ਸਾਨੂੰ ਕੋਈ ਆਪਣੇ ਪੈਡ ਨੋਟ ਪੈਡ 'ਤੇ ਲਿਖ ਕੇ ਦਿੱਤਾ ਹੋਇਆ ਵੀ ਜੀ ਉਹ ਬਿਲਕੁਲ ਸਹੀ ਆ, ਜਦ ਤੱਕ ਹੁੰਦਾ ਨਹੀਂ ਜਦ ਤੱਕ ਅਸੀਂ ਕੁਛ ਨਹੀਂ ਕਰਾਂਗੇ। ਅਸੀਂ ਕੋਈ ਸ਼ਿਫਟ 'ਚ ਕੰਮ ਨਹੀਂ ਕਰਾਂਗੇ। ਬਾਈਕਾਟ ਆ, 3 ਸ਼ਿਫਟਾਂ ਦਾ ਬਾਈਕਾਟ ਆ ਜਦ ਤੱਕ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸਾਡੀ ਪ੍ਰਧਾਨ ਦਾ ਹੀ ਇਹ ਹੁਕਮ ਆ ਵੀ ਉਹ ਜਿੱਦਾਂ ਕਹਿਣਗੇ ਅਸੀਂ ਉਦੇ ਕਰਾਂਗੇ। ICU ਦੇ ਵਿੱਚ ਪ੍ਰਧਾਨ ਸਾਡੀ ਦਾਖਲ ਹੈ ਇਸ ਟਾਈਮ, ਉਹਦਾ ਟੈਕੀਕਾਰਡੀਆ ਬਹੁਤ ਜ਼ਿਆਦਾ ਹੋਇਆ ਪਿਆ ਹੈ, ਠੀਕ ਹੈ। ਮੈਂ ਉਹਦੇ ਕੋਲ ਜਾ ਕੇ ਆਈ ਹਾਂ, ਉਹਨੇ ਮੈਨੂੰ ਸਾਫ਼ ਸਾਫ਼ ਕਿਹਾ ਹੈ ਕਿ ਮੈਂ ਤਾਂ ਸਿੰਗਲ ਸ਼ਿਫਟ ਵਾਸਤੇ ਵੀ ਨਹੀਂ ਹਾਂ ਕਰੀ, ਔਰ ਮੇਰੇ 1 ਪਰਸਨ ਨੇ ਵੀ ਨਹੀਂ ਸਿੰਗਲ ਸ਼ਿਫਟ ਵਾਸਤੇ, 1 ਪਰਸਨ ਨੇ ਵੀ ਸਿੰਗਲ ਜੁਆਇਨ ਨਹੀਂ ਕਰਨਾ, ਠੀਕ ਆ, ਸਿੰਗਲ ਸ਼ਿਫਟ ਲਈ ਵੀ ਨਹੀਂ ਜੁਆਇਨ ਕਰਨਾ। ਔਰ ਸਾਡੇ ਜਿਹੜਾ ਇਹ ਕਹਿ ਰਹੇ ਨੇ ਨਾ 2 ਧੜੇ ਬਣ ਗਏ ਨੇ, ਸਰ ਇਹ ਕੋਈ ਧੜੇ ਨਹੀਂ ਬਣੇ ਸਾਡੇ 2, ਸਾਡਾ ਸਿੰਗਲ ਧੜਾ ਹੀ ਆ, ਔਰ ਸਾਡੀ ਸਟਰੈਂਥ ਇਸ ਤਰ੍ਹਾਂ ਹੀ ਰਹੇਗੀ ਐਜ਼ ਇਟ ਇਜ਼। ਔਰ ਪ੍ਰੈਸ਼ਰਾਈਜ਼ ਦੇ ਵਿੱਚ ਆ ਕੇ ਸਾਨੂੰ ਪ੍ਰੈਸ਼ਰ ਕਰਿਆ ਗਿਆ ਕਿ ਤੁਸੀਂ ਜੁਆਇਨ ਕਰੋ, ਜੁਆਇਨ ਕਰੋ, ਅਰੈਸਟ ਕਰਾਂਗੇ ਤੁਹਾਨੂੰ, ਐਵੇਂ ਕਰਾਂਗੇ, ਸਰ ਸਾਡੇ ਨਾਲ ਜੋ ਕਰਨਾ ਕਰਨ, ਸਸਪੈਂਡ ਕਰ ਦੇਣ, ਅਰੈਸਟ ਕਰ ਦੇਣ, ਜੋ ਕਰ ਦੇਣ, ਜਿੰਨੀ ਦੇਰ ਸਾਡੀ ਬਈ ਪ੍ਰਧਾਨ ਜੁਆਇਨ ਨਹੀਂ ਕਰਦੀ ਉਨੀ ਦੇਰ ਅਸੀਂ ਜੁਆਇਨ ਨਹੀਂ ਕਰਨਾ। DC ਵੱਲੋਂ, MS ਸਰ, ਪ੍ਰਿੰਸੀਪਲ ਸਰ, ਸਰ ਜਿੰਨੇ ਹਾਇਰ ਅਥਾਰਟੀ ਵਾਲੇ ਨੇ ਉਹਨੇ ਸਾਰਿਆਂ ਨੇ ਸਾਨੂੰ ਪ੍ਰੈਸ਼ਰਾਈਜ਼ ਕਰਿਆ ਸਰ ਕਿ ਤੁਸੀਂ ਜੁਆਇਨ ਕਰ ਲਓ। ਖੈਰ, ਇਸ ਸਭ ਤੋਂ ਬਾਅਦ ਇਹ ਤਾਂ ਸਾਫ਼ ਹੈ ਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਕੁਝ ਨਰਸਾਂ ਨੇ ਸਿੰਗਲ ਸ਼ਿਫਟ 'ਤੇ ਜੁਆਇਨ ਕਰ ਲਿਆ ਹੈ, ਪਰ ਜਦੋਂ ਤੱਕ ਨਰਸਾਂ ਨੂੰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ, ਸਾਰਾ ਸਟਾਫ ਕੰਮ 'ਤੇ ਵਾਪਸੀ ਨਹੀਂ ਕਰੇਗਾ। ਪਟਿਆਲਾ ਤੋਂ ਰਾਓ ਵਰਿੰਦਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਨਾਲ।